3 ਸਾਲ ਦੀ ਮਾਸੂਮ ਬੱਚੀ ਨੂੰ ਇੱਕ ਸਕੂਲ ਵੈਨ ਨੇ ਦਰੜ ਦਿੱਤਾ, ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਜੋ ਆਪਣੇ ਪਿਤਾ ਦੇ ਨਾਲ ਘਰ ਤੋਂ ਬਾਹਰ ਨਿਕਲੀ ਸੀ, ਪਰ ਡਰਾਈਵਰ ਦੀ ਲਾਪਰਵਾਹੀ ਨੇ ਮਾਪਿਆਂ ਤੋਂ ਮਾਸੂਮ ਬੱਚੀ ਨੂੰ ਖੋਹ ਲਿਆ। ਮਾਪਿਆਂ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ। ਹਾਲਾਂਕਿ ਪੁਲਿਸ ਨੇ ਵੈਨ ਚਾਲਕ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਸਕੂਲੀ ਵੈਨ ਨੂੰ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਇਹ ਘਟਨਾ ਭਗਤਾ ਭਾਈਕਾ ਜਲਾਲ ਸਥਾਨ ਸ਼ਹਿਰ ਨਜ਼ਦੀਕ ਪਿੰਡ ਹਮੀਰਗੜ੍ਹ ਤੋਂ ਸਾਹਮਣੇ ਆਈ ਹੈ, ਜਿੱਥੇ ਸਕੂਲ ਵੈਨ ਦੀ ਲਪੇਟ ਦੇ ਵਿੱਚ ਆਉਣ ਕਾਰਨ ਬੱਚੀ ਦੀ ਮੌਤ ਹੋ ਗਈ ਹੈ। ਇਸ ਮੌਕੇ ਸਾਬਕਾ ਸਰਪੰਚ ਨੇ ਦੱਸਿਆ ਕਿ ਸਕੂਲ ਵੈਨ ਵਾਲਿਆਂ ਨੂੰ ਪਿੰਡ ਦੀਆਂ ਗਲੀਆਂ ਵਿੱਚ ਹੌਲੀ ਚਲਾਉਣ ਦੀ ਅਪੀਲ ਕੀਤੀ ਗਈ ਹੈ, ਪਰ ਤਾਂ ਵੀ ਇਹ ਵੈਨਾਂ ਵਾਲੇ ਬਹੁਤ ਤੇਜ਼ੀ ਨਾਲ ਪਿੰਡ ਦੀਆਂ ਗਲੀਆਂ ਦੇ ਵਿੱਚ ਸਕੂਲ ਵੈਨਾਂ ਨੂੰ ਘੁਮਾਉਂਦੇ ਨੇ, ਜਿਸ ਕਾਰਨ ਇਸ ਮਾਸੂਮ ਬੱਚੀ ਦੀ ਜਾਨ ਚਲੀ ਗਈ। ਉੱਥੇ ਬੇਟੀ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਹ ਸਵੇਰ ਵੇਲੇ ਆਪਣੇ ਬੇਟੇ ਨੂੰ ਬੱਸ ਚੜ੍ਹਾਉਣ ਗਏ ਸੀ, ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹਨਾਂ ਦੀ ਬੇਟੀ ਕਦੋਂ ਉਹਨਾਂ ਦੇ ਮਗਰ ਆ ਗਈ ਅਤੇ ਕਦੋਂ ਇਹ ਬੱਸ ਉਸਦੀ ਬੇਟੀ ਦੇ ਉੱਤੋਂ ਲੰਘ ਗਈ, ਜਿਸ ਕਾਰਨ ਉਸਦੀ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਮੌਕੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਕੂਲ ਵੈਨਾਂ ਦੀ ਸਮੇਂ-ਸਮੇਂ ਸਿਰ ਚੈਕਿੰਗ ਕੀਤੀ ਜਾਵੇ ਅਤੇ ਕੰਡਕਟਰ ਨਾ ਹੋਣ ਦੀ ਸੂਰਤ ਦੇ ਵਿੱਚ ਸਕੂਲ ਪ੍ਰਸ਼ਾਸਨ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ, ਤਾਂ ਜੋ ਅੱਗੇ ਤੋਂ ਅਜਿਹਾ ਹਾਦਸਾ ਨਾ ਵਾਪਰ ਸਕੇ। ਇੱਥੇ ਘਰੇ ਕਹਿੰਦੀ ਮੈਂ ਸਕੂਲ ਜਾਣਾ ਸੀ, ਕਿ ਬਾਗ ਜੀ ਗਵਾਂਢੀਆਂ ਦੇ ਘਰੇ ਸੀਗੀ, ਉੱਥੋਂ ਮਾੜਾ ਇਹਨਾਂ ਦੇ ਘਰੇ ਜਾਣ ਲੱਗੀ ਸੀ, ਰਾਤ ਉਰੀ ਖੜੀ ਸੀ ਕੰਨੀ 'ਤੇ ਉਹ। ਅਸੀਂ ਕਿਹਾ ਚੱਲ ਆਪੇ ਬਾਗ ਜੂਗੇ, ਇੱਧਰ ਖੇਡਦੀ ਇਹਨਾਂ ਨੂੰ ਕਹਿੰਦੀ ਮੈਂ ਤਾਂ ਗਵਾਂਢੀਆਂ ਦੇ ਜਾਂਦੀ ਹਾਂ। ਮੁੜ ਕੇ ਸਾਨੂੰ ਤਾਂ ਪਤਾ ਹੀ ਨਹੀਂ, ਤਾਂ ਰੋਟੀ ਨੂੰ ਬੋਲ ਮਾਰਦੇ ਸੀ, ਕਹਿੰਦੀ ਆ ਗਈ, ਗਲੀ 'ਚ ਸਾਰੇ ਘਰਾਂ 'ਚ ਰਹਿੰਦੀ ਆ ਖੇਡਦੀ ਉਹ। ਬਸ ਜੀ ਤੜਕੇ ਸੁਬਹਾ ਦਾ ਟਾਈਮ ਸੀਗਾ, ਇਸ ਟਾਈਮ 'ਤੇ ਬੱਸਾਂ ਲੰਘਦੀਆਂ ਥੋੜ੍ਹੀਆਂ ਤੇਜ਼, ਬਹੁਤ ਵਾਰੀ ਰੋਕਿਆ। ਮੈਂ ਵੀ ਆਪਦੇ ਸਰਪੰਚ ਹੋਣ ਦੇ ਨਾਤੇ ਵਾਰ ਵਾਰ ਇਹਨਾਂ ਬੱਸਾਂ ਵਾਲਿਆਂ ਨੂੰ ਕਹਿੰਦਾ ਰਹਿਣਾ ਵੀ ਹੌਲੀ ਚਲੋ ਹੌਲੀ ਚਲੋ, ਇੱਥੋਂ ਬੱਚਿਆਂ ਨੂੰ ਬੱਚਾ ਚੜ੍ਹਾ ਕੇ ਲੰਘਣ ਲਾ, ਕਦੋਂ ਚੜ੍ਹਾਇਆ ਬੱਚਾ ਅਤੇ ਦੂਜਾ ਬੱਚਾ ਕਿਤੇ ਦੂਜੇ ਪਾਸੇ ਦੇ ਨਾਲ ਖੇਡਦਾ ਖੇਡਦਾ ਕਿਤੇ ਉੱਧਰ ਜਾ ਵੜਿਆ ਅਤੇ ਉਹ ਮੂਹਰਲੇ ਟਾਇਰ ਥੱਲੇ ਆ ਗਿਆ ਅਤੇ ਦੋਨੇ ਟਾਇਰ ਉਹਦੇ ਉੱਪਰ ਦੇ ਨੇਗੇ, ਸਿਰ ਦੇ ਉੱਤੋਂ ਦੇ ਤੁਰਤੇ ਉਹਦੇ ਮੌਕੇ 'ਤੇ ਮੌਤ ਹੋ ਗਈ। ਪਰ ਅਸੀਂ ਇਹ ਬੱਚੇ ਨੂੰ ਆਰਾਮ ਪਰੇ ਮੁਲਾਜ਼ਾ ਕਰਨ ਦੀ ਖਾਤਰ ਭੇਜ ਦਿੱਤਾ ਹੈ। ਪੁਲਿਸ ਆ ਕਿਹੜੀ ਆਪਣੀ ਬੱਸ ਨੂੰ ਅਤੇ ਬੱਸ ਡਰਾਈਵਰ ਨੂੰ ਥਾਣੇ ਵਿੱਚ ਲੈ ਗਈ, ਉਹਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਹ ਗਊਸ਼ਾਲਾ ਗਊਸ਼ਾਲਾ ਸਕੂਲ ਦੀ ਸੀਗੀ ਜੀ, ਭਗਤਾ ਭਾਈ ਦੀ। ਬਾਈ ਜੀ ਸਵੇਰੇ ਜਦੋਂ ਸਕੂਲ ਟਾਈਮ ਹੋਇਆ ਬੱਚਿਆਂ ਦਾ ਜੀ, ਮੈਂ ਆਪਣੇ ਬੇਟੇ ਨੂੰ ਚੜ੍ਹਾ ਕੇ ਜੀ ਅਤੇ ਮੈਂ ਮੈਨ ਦੇ ਪਿਛਲੇ ਪਾਸੇ ਹੋਇਆ, ਉਸ ਤੋਂ ਬਾਅਦ ਨਹੀਂ ਪਤਾ ਲੱਗਿਆ ਵੀ ਬੱਚੀ ਕਿਹੜੇ ਵੇਲੇ ਥੱਲੇ ਆ ਗਈ ਮੈਨ ਦੇ। ਮੌਕੇ 'ਤੇ ਮੌਤ ਹੋ ਗਈ? ਹਾਂ ਮੌਕੇ 'ਤੇ ਮੌਤ ਹੋ ਗਈ। ਬਸ ਫਿਲਹਾਲ ਥਾਣੇ ਆ ਜੀ, ਡਰਾਈਵਰ ਵੀ ਥਾਣੇ ਆ, ਪੁਲਿਸ ਆ ਗਈ ਸੀ ਮੌਕੇ 'ਤੇ ਜੀ, ਅਸੀਂ ਕਾਰਵਾਈ ਕਰਕੇ ਡਰਾਈਵਰ ਨੂੰ ਲੈ ਗਏ ਜੀ। 3 ਸਾਲ ਦੀ ਮਾਸੂਮ ਬੱਚੀ ਨੂੰ ਇੱਕ ਸਕੂਲ ਵੈਨ ਨੇ ਦਰੜ ਦਿੱਤਾ, ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਜੋ ਆਪਣੇ ਪਿਤਾ ਦੇ ਨਾਲ ਘਰ ਤੋਂ ਬਾਹਰ ਨਿਕਲੀ ਸੀ, ਪਰ ਡਰਾਈਵਰ ਦੀ ਲਾਪਰਵਾਹੀ ਨੇ ਮਾਪਿਆਂ ਤੋਂ ਮਾਸੂਮ ਬੱਚੀ ਨੂੰ ਖੋਹ ਲਿਆ। ਮਾਪਿਆਂ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ। ਹਾਲਾਂਕਿ ਪੁਲਿਸ ਨੇ ਵੈਨ ਚਾਲਕ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਸਕੂਲੀ ਵੈਨ ਨੂੰ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਇਹ ਘਟਨਾ ਭਗਤਾ ਭਾਈਕਾ ਜਲਾਲ ਸਥਾਨ ਸ਼ਹਿਰ ਨਜ਼ਦੀਕ ਪਿੰਡ ਹਮੀਰਗੜ੍ਹ ਤੋਂ ਸਾਹਮਣੇ ਆਈ ਹੈ, ਜਿੱਥੇ ਸਕੂਲ ਵੈਨ ਦੀ ਲਪੇਟ ਦੇ ਵਿੱਚ ਆਉਣ ਕਾਰਨ ਬੱਚੀ ਦੀ ਮੌਤ ਹੋ ਗਈ ਹੈ। ਇਸ ਮੌਕੇ ਸਾਬਕਾ ਸਰਪੰਚ ਨੇ ਦੱਸਿਆ ਕਿ ਸਕੂਲ ਵੈਨ ਵਾਲਿਆਂ ਨੂੰ ਪਿੰਡ ਦੀਆਂ ਗਲੀਆਂ ਵਿੱਚ ਹੌਲੀ ਚਲਾਉਣ ਦੀ ਅਪੀਲ ਕੀਤੀ ਗਈ ਹੈ, ਪਰ ਤਾਂ ਵੀ ਇਹ ਵੈਨਾਂ ਵਾਲੇ ਬਹੁਤ ਤੇਜ਼ੀ ਨਾਲ ਪਿੰਡ ਦੀਆਂ ਗਲੀਆਂ ਦੇ ਵਿੱਚ
ਸਕੂਲ ਵੈਨਾਂ ਨੂੰ ਘੁਮਾਉਂਦੇ ਨੇ, ਜਿਸ ਕਾਰਨ ਇਸ ਮਾਸੂਮ ਬੱਚੀ ਦੀ ਜਾਨ ਚਲੀ ਗਈ। ਉੱਥੇ ਬੇਟੀ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਹ ਸਵੇਰ ਵੇਲੇ ਆਪਣੇ ਬੇਟੇ ਨੂੰ ਬੱਸ ਚੜ੍ਹਾਉਣ ਗਏ ਸੀ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹਨਾਂ ਦੀ ਬੇਟੀ ਕਦੋਂ ਉਹਨਾਂ ਦੇ ਮਗਰ ਆ ਗਈ ਅਤੇ ਕਦੋਂ ਇਹ ਬੱਸ ਉਸਦੀ ਬੇਟੀ ਦੇ ਉੱਤੋਂ ਲੰਘ ਗਈ, ਜਿਸ ਕਾਰਨ ਉਸਦੀ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਮੌਕੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਕੂਲ ਵੈਨਾਂ ਦੀ ਸਮੇਂ-ਸਮੇਂ ਸਿਰ ਚੈਕਿੰਗ ਕੀਤੀ ਜਾਵੇ ਅਤੇ ਕੰਡਕਟਰ ਨਾ ਹੋਣ ਦੀ ਸੂਰਤ ਦੇ ਵਿੱਚ ਸਕੂਲ ਪ੍ਰਸ਼ਾਸਨ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਅਜਿਹਾ ਹਾਦਸਾ ਨਾ ਵਾਪਰ ਸਕੇ। ਇੱਥੇ ਘਰੇ ਕਹਿੰਦੀ ਮੈਂ ਸਕੂਲ ਜਾਣਾ ਸੀ ਕਿ ਬਾਗ ਜੀ ਗਵਾਂਢੀਆਂ ਦੇ ਘਰੇ ਸੀਗੀ, ਉੱਥੋਂ ਮਾੜਾ ਇਹਨਾਂ ਦੇ ਘਰੇ ਜਾਣ ਲੱਗੀ ਸੀ, ਰਾਤ ਉਰੀ ਖੜੀ ਸੀ ਕੰਨੀ 'ਤੇ ਉਹ। ਅਸੀਂ ਕਿਹਾ ਚੱਲ ਆਪੇ ਬਾਗ ਜੂਗੇ, ਇੱਧਰ ਖੇਡਦੀ ਇਹਨਾਂ ਨੂੰ ਕਹਿੰਦੀ ਮੈਂ ਤਾਂ ਗਵਾਂਢੀਆਂ ਦੇ ਜਾਂਦੀ ਹਾਂ, ਮੁੜ ਕੇ ਸਾਨੂੰ ਤਾਂ ਪਤਾ ਹੀ ਨਹੀਂ, ਤਾਂ ਰੋਟੀ ਨੂੰ ਬੋਲ ਮਾਰਦੇ ਸੀ ਕਹਿੰਦੀ ਆ ਗਈ, ਗਲੀ 'ਚ ਸਾਰੇ ਘਰਾਂ 'ਚ ਰਹਿੰਦੀ ਆ ਖੇਡਦੀ ਉਹ। ਬੱਸ ਜੀ ਤੜਕੇ ਸੁਬਹਾ ਦਾ ਟਾਈਮ ਸੀਗਾ, ਇਸ ਟਾਈਮ 'ਤੇ ਬੱਸਾਂ ਲੰਘਦੀਆਂ ਥੋੜ੍ਹੀਆਂ ਤੇਜ਼, ਬਹੁਤ ਵਾਰੀ ਰੋਕਿਆ। ਮੈਂ ਵੀ ਆਪਦੇ ਸਰਪੰਚ ਹੋਣ ਦੇ ਨਾਤੇ ਵਾਰ ਵਾਰ ਇਹਨਾਂ ਬੱਸਾਂ ਵਾਲਿਆਂ ਨੂੰ ਕਹਿੰਦਾ ਰਹਿਣਾ ਵੀ ਹੌਲੀ ਚਲੋ ਹੌਲੀ ਚਲੋ, ਇੱਥੋਂ ਬੱਚਿਆਂ ਨੂੰ ਬੱਚਾ ਚੜ੍ਹਾ ਕੇ ਲੰਘਣ ਲਾ, ਕਦੋਂ ਚੜ੍ਹਾਇਆ ਬੱਚਾ ਅਤੇ ਦੂਜਾ ਬੱਚਾ ਕਿਤੇ ਦੂਜੇ ਪਾਸੇ ਦੇ ਨਾਲ ਖੇਡਦਾ ਖੇਡਦਾ ਕਿਤੇ ਉੱਧਰ ਜਾ ਵੜਿਆ ਅਤੇ ਉਹ ਮੂਹਰਲੇ ਟਾਇਰ ਥੱਲੇ ਆ ਗਿਆ ਅਤੇ ਦੋਨੇ ਟਾਇਰ ਉਹਦੇ ਉੱਪਰ ਦੇ ਨੇਗੇ, ਸਿਰ ਦੇ ਉੱਤੋਂ ਦੇ ਤੁਰਤੇ ਉਹਦੇ ਮੌਕੇ 'ਤੇ ਮੌਤ ਹੋ ਗਈ। ਪਰ ਅਸੀਂ ਇਹ ਬੱਚੇ ਨੂੰ ਆਰਾਮ ਪਰੇ ਮੁਲਾਜ਼ਾ ਕਰਨ ਦੀ ਖਾਤਰ ਭੇਜ ਦਿੱਤਾ ਹੈ। ਪੁਲਿਸ ਆ ਕਿਹੜੀ ਆਪਣੀ ਬੱਸ ਨੂੰ ਅਤੇ ਬੱਸ ਡਰਾਈਵਰ ਨੂੰ ਥਾਣੇ ਵਿੱਚ ਲੈ ਗਈ, ਉਹਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਹ ਗਊਸ਼ਾਲਾ ਗਊਸ਼ਾਲਾ ਸਕੂਲ ਦੀ ਸੀਗੀ ਜੀ, ਭਗਤਾ ਭਾਈ ਦੀ। ਬਾਈ ਜੀ ਸਵੇਰੇ ਜਦੋਂ ਸਕੂਲ ਟਾਈਮ ਹੋਇਆ ਬੱਚਿਆਂ ਦਾ ਜੀ, ਮੈਂ ਆਪਣੇ ਬੇਟੇ ਨੂੰ ਚੜ੍ਹਾ ਕੇ ਜੀ ਅਤੇ ਮੈਂ ਮੈਨ ਦੇ ਪਿਛਲੇ ਪਾਸੇ ਹੋਇਆ, ਉਸ ਤੋਂ ਬਾਅਦ ਨਹੀਂ ਪਤਾ ਲੱਗਿਆ ਵੀ ਬੱਚੀ ਕਿਹੜੇ ਵੇਲੇ ਥੱਲੇ ਆ ਗਈ ਮੈਨ ਦੇ। ਮੌਕੇ 'ਤੇ ਮੌਤ ਹੋ ਗਈ? ਹਾਂ ਮੌਕੇ 'ਤੇ ਮੌਤ ਹੋ ਗਈ। ਬੱਸ ਫਿਲਹਾਲ ਠਾਣੇ ਆ ਜੀ, ਡਰਾਈਵਰ ਵੀ ਠਾਣੇ ਆ, ਪੁਲਿਸ ਆ ਗਈ ਜੀ ਮੌਕੇ 'ਤੇ ਜੀ, ਅਸੀਂ ਕਾਰਵਾਈ ਕਰਕੇ ਡਰਾਈਵਰ ਨੂੰ ਲੈ ਗਏ ਜੀ।